ਇੱਕ ਪੋਸ਼ ਇਲਾਕੇ ਦੇ ਵਿੱਚ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਦੋਂ ਇੰਡਸਟਰੀ ਦੇ ਮਾਲਕ ਦੀ ਕੋਠੀ ਦੇ ਵਿੱਚ ਚੋਰੀ ਹੋਈ ਹੈ। ਚੋਰ ਤਾਲੇ ਤੋੜ ਕੇ ਕੋਠੀ ਦੇ ਅੰਦਰ ਦਾਖਲ ਹੋਏ ਅਤੇ ਲੱਖਾਂ ਦੇ ਗਹਿਣੇ ਤੇ ਨਗਦੀ ਲੈ ਕੇ ਫਰਾਰ ਹੋ ਗਏ। ਇਸ ਵਾਰਦਾਤ ਸਮੇਂ ਇਹ ਪੂਰਾ ਪਰਿਵਾਰ ਦਿੱਲੀ ਗਿਆ ਹੋਇਆ ਸੀ ਤੇ ਜਦੋਂ ਦਿੱਲੀ ਤੋਂ ਵਾਪਸ ਪਰਤਿਆ ਤਾਂ ਆਪਣੇ ਘਰ ਦੇ ਤਾਲੇ ਟੁੱਟੇ ਵੇਖ ਪੁਲਿਸ ਨੂੰ ਇਤਲਾਹ ਦਿੱਤੀ, ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਦੇ ਵਿੱਚ ਜੁਟ ਗਈ। ਇਹ ਘਟਨਾ ਬਟਾਲਾ ਤੋਂ ਸਾਹਮਣੇ ਆਈ ਜਦੋਂ ਇਸ ਇਲਾਕੇ ਦੇ ਵਿੱਚ ਇੱਕ ਪੋਸ਼ ਕਲੋਨੀ ਦੇ ਵਿੱਚ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉੱਥੇ ਹੀ ਘਰ ਦੇ ਮਾਲਕ ਅਭਿਮਨਿਊ ਨੇ ਦੱਸਿਆ ਕਿ ਉਹਨਾਂ ਵੱਲੋਂ ਘਰ 'ਚ ਹੋਈ ਚੋਰੀ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਚੋਰੀ ਕਿੰਨੀ ਹੋਈ ਹੈ ਉਸਦਾ ਹਿਸਾਬ ਬਣਾ ਰਹੇ ਨੇ, ਕਿਉਂਕਿ ਚੋਰ ਘਰ ਦੇ ਵਿੱਚ ਰੱਖਿਆ ਸਾਰਾ ਸੋਨਾ ਤੇ ਨਗਦੀ ਲੈ ਕੇ ਫਰਾਰ ਹੋ ਗਏ ਨੇ। ਉੱਥੇ ਪੁਲਿਸ ਥਾਣਾ ਸਿਵਲ ਲਾਈਨ ਦੇ ਇੰਚਾਰਜ ਪ੍ਰਭਜੋਤ ਦਾ ਕਹਿਣਾ ਹੈ ਕਿ ਚੋਰੀ ਲੱਖਾਂ ਦੀ ਹੈ ਜਾਂ ਕਰੋੜਾਂ ਦੀ ਹਾਲੇ ਸਾਫ ਨਹੀਂ ਹੋ ਸਕਿਆ, ਲੇਕਿਨ ਉਹਨਾਂ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਾਂਚ ਕੀਤੀ ਜਾ ਰਹੀ ਹੈ। 15 ਨੂੰ ਗਏ ਸੀ ਤੇ ਉਸ ਤੋਂ ਬਾਅਦ ਕੱਲ ਸਾਨੂੰ ਪਤਾ ਲੱਗਾ ਕਿ ਚੋਰੀ ਹੋ ਗਈ। ਇੱਥੇ ਅਸੀਂ ਆਪਣੇ ਇੱਕ ਜਿਹਨਾਂ ਬੰਦੇ ਨੂੰ ਭੇਜਿਆ ਤੇ ਉਸ ਤੋਂ ਬਾਅਦ ਉਹਨੇ ਆ ਕੇ ਵੇਖਿਆ ਕਿ ਮਤਲਬ ਏਦਾਂ ਲੋਕ ਟੁੱਟ ਗਏ ਨੇ, ਸਾਰੇ ਲੋਕ ਟੁੱਟ ਗਏ ਨੇ ਤੇ ਚੋਰੀ ਹੋਈ ਗਈ। ਫਿਰ ਅਸੀਂ ਉੱਥੋਂ ਮੋਰਨਿੰਗ ਚੱਲੇ ਹਾਂ ਤੇ ਪਹੁੰਚੇ ਕਿੰਨਾ ਵੱਡੀ ਫੈਕਟਰੀ ਹੈ ਜੀ ਕਿ ਮੇਰੇ ਮਦਰ ਨੇ ਬਾਈ ਹਲੇ ਕੋਈ ਆਈਡੀਆ ਐਸਟੀਮੇਟ ਹੀ ਨਹੀਂ ਹੈਗਾ ਲੱਗਣ ਦਾ, ਕੋਈ ਹਲੇ ਕੈਸ਼ ਤੇ ਗੋਲਡ ਦਾ ਹੀ ਹੈਗਾ। ਇਹ ਇੱਕ ਚੋਰੀ ਹੋਈ ਹੈ ਤੇ ਅਸੀਂ ਜਾ ਕੇ ਜਦੋਂ ਕੰਪਲੇਂਟ ਕੋਈ ਨਹੀਂ ਬਾਈ ਫੋਨ ਹੀ ਆਈ ਸੀ, ਅਸੀਂ ਮੌਕਾ ਵੇਖ ਲਿਆ ਇਹਨਾਂ ਦਾ ਘਰ ਆ ਜੀ ਸ਼ਾਮ ਲਤਾ ਅਗਰਵਾਲ, ਉਹ ਕਿਤੇ 5-6 ਦਿਨ ਤੋਂ ਕਿਤੇ ਗਏ ਸੀ ਰੱਖੜੀ ਵਾਲੇ, ਰੱਖੜੀ ਕਰਕੇ ਤਿਆਰ ਕਰਕੇ ਤੇ ਜਦੋਂ ਉਹਨਾਂ ਨੂੰ ਕੱਲ ਉਹਨਾਂ ਦੇ ਨੌਕਰ ਨੇ ਵੇਖਿਆ ਕਿ ਤਾਲੇ ਟੁੱਟੇ ਸੀ ਤੇ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਅੱਜ ਸਾਨੂੰ 8 ਵਜੇ ਰਿਪੋਰਟ ਕੀਤੀ ਹੈ। ਅਜੇ ਉਹ ਵੇਖ ਰਿਹਾ ਕੀ ਸਮਾਨ ਚੋਰੀ ਹੋਇਆ, ਉਹਨਾਂ ਨੇ ਅਜੇ ਪੂਰਾ ਐਕੂਰੇਟ ਨਹੀਂ ਦੱਸਿਆ, ਜਦੋਂ ਕੋਈ ਉਹ ਪੂਰਾ ਐਕੂਰੇਟ ਦੱਸਦੇ ਫਿਰ ਜੋ ਵੀ ਧਾਰਾ ਦਿੱਤਾ ਜਾਏ ਖਰਚਾ ਦਿੱਤਾ ਜਾਊ। ਲੱਖਾਂ ਚ ਤੇ ਕਰੋੜਾਂ ਚ ਅਸੀਂ ਕੁਛ ਕਹਿ ਨਹੀਂ ਸਕਦੇ, ਅਜੇ ਜਦੋਂ ਕੈਲਕੂਲੇਟ ਕਰ ਦੇਣਗੇ ਐਫਆਈਆਰ ਦੇ ਜੋ ਵੀ ਹਾਲਾਤ ਦੱਸਣ ਤੁਹਾਨੂੰ ਜਾਣਗੇ। ਇੱਕ ਪੋਸ਼ ਇਲਾਕੇ ਦੇ ਵਿੱਚ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਦੋਂ ਇੰਡਸਟਰੀ ਦੇ ਮਾਲਕ ਦੀ ਕੋਠੀ ਦੇ ਵਿੱਚ ਚੋਰੀ ਹੋਈ ਹੈ। ਚੋਰ ਤਾਲੇ ਤੋੜ ਕੇ ਕੋਠੀ ਦੇ ਅੰਦਰ ਦਾਖਲ ਹੋਏ ਅਤੇ ਲੱਖਾਂ ਦੇ ਗਹਿਣੇ ਤੇ ਨਗਦੀ ਲੈ ਕੇ ਫਰਾਰ ਹੋ ਗਏ। ਇਸ ਵਾਰਦਾਤ ਸਮੇਂ ਇਹ ਪੂਰਾ ਪਰਿਵਾਰ ਦਿੱਲੀ ਗਿਆ ਹੋਇਆ ਸੀ ਤੇ ਜਦੋਂ ਦਿੱਲੀ ਤੋਂ ਵਾਪਸ ਪਰਤਿਆ ਤਾਂ ਆਪਣੇ ਘਰ ਦੇ ਤਾਲੇ ਟੁੱਟੇ ਵੇਖ ਪੁਲਿਸ ਨੂੰ ਇਤਲਾਹ ਦਿੱਤੀ, ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਦੇ ਵਿੱਚ ਜੁਟ ਗਈ। ਇਹ ਘਟਨਾ ਬਟਾਲਾ ਤੋਂ ਸਾਹਮਣੇ ਆਈ ਜਦੋਂ ਇਸ ਇਲਾਕੇ ਦੇ ਵਿੱਚ ਇੱਕ ਪੋਸ਼ ਕਲੋਨੀ ਦੇ ਵਿੱਚ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉੱਥੇ ਹੀ ਘਰ ਦੇ ਮਾਲਕ ਅਭਿਮਨਿਊ ਨੇ ਦੱਸਿਆ ਕਿ ਉਹਨਾਂ ਵੱਲੋਂ ਘਰ 'ਚ ਹੋਈ ਚੋਰੀ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਚੋਰੀ ਕਿੰਨੀ ਹੋਈ ਹੈ ਉਸਦਾ ਹਿਸਾਬ ਬਣਾ ਰਹੇ ਨੇ, ਕਿਉਂਕਿ ਚੋਰ ਘਰ ਦੇ ਵਿੱਚ ਰੱਖਿਆ ਸਾਰਾ ਸੋਨਾ ਤੇ ਨਗਦੀ ਲੈ ਕੇ ਫਰਾਰ ਹੋ ਗਏ ਨੇ। ਉੱਥੇ ਪੁਲਿਸ ਥਾਣਾ ਸਿਵਲ ਲਾਈਨ ਦੇ ਇੰਚਾਰਜ ਪ੍ਰਭਜੋਤ ਦਾ ਕਹਿਣਾ ਹੈ ਕਿ ਚੋਰੀ ਲੱਖਾਂ ਦੀ ਹੈ ਜਾਂ ਕਰੋੜਾਂ ਦੀ ਹਾਲੇ ਸਾਫ ਨਹੀਂ ਹੋ ਸਕਿਆ, ਲੇਕਿਨ ਉਹਨਾਂ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਾਂਚ ਕੀਤੀ ਜਾ ਰਹੀ ਹੈ। 15 ਨੂੰ ਗਏ ਸੀ ਤੇ ਉਸ ਤੋਂ ਬਾਅਦ ਕੱਲ ਸਾਨੂੰ ਪਤਾ ਲੱਗਾ ਕਿ ਚੋਰੀ ਹੋ ਗਈ। ਇੱਥੇ ਅਸੀਂ ਆਪਣੇ ਇੱਕ ਜਿਹਨਾਂ ਬੰਦੇ ਨੂੰ ਭੇਜਿਆ ਤੇ ਉਸ ਤੋਂ ਬਾਅਦ ਉਹਨੇ ਆ ਕੇ ਵੇਖਿਆ ਕਿ ਮਤਲਬ ਏਦਾਂ ਲੋਕ ਟੁੱਟ ਗਏ ਨੇ, ਸਾਰੇ ਲੋਕ ਟੁੱਟ ਗਏ ਨੇ ਤੇ ਚੋਰੀ ਹੋਈ ਗਈ। ਫਿਰ ਅਸੀਂ ਉੱਥੋਂ ਮੋਰਨਿੰਗ ਚੱਲੇ ਹਾਂ ਤੇ ਪਹੁੰਚੇ
ਵੱਡੀ ਫੈਕਟਰੀ ਹੈ ਜੀਟੀ ਰੋਡ ਤੇ ਮਦਰ ਨੇ ਵਾਈਫ ਕਿੰਨੀ ਪੱਕੀ ਹਲੇ ਕੋਈ ਆਈਡੀਆ ਐਸਟੀਮੇਟ ਨਹੀਂ ਹੈਗਾ ਲੱਗਣ ਦਾ ਕੋਈ ਹਲੇ ਕੈਸ਼ ਤੇ ਗੋਲਡ ਦਾ ਹੀ ਹੈਗਾ ਚੋਰੀ ਹੋਈ ਹੈ ਤੇ ਅਸੀਂ ਜਾ ਕੇ ਜਦੋਂ ਕੰਪਲੇਂਟ ਕੋਈ ਨੀ ਬਾਈ ਫੋਨ ਹੀ ਆਈ ਸੀ ਅਸੀਂ ਮੌਕਾ ਵੇਖ ਲਿਆ ਤੇ ਇਹਨਾਂ ਦਾ ਘਰ ਆ ਜੀ ਸ਼ਾਮ ਲਤਾ ਅਗਰਵਾਲ ਉਹ ਕਿਤੇ ਪੰਜ ਛੇ ਦਿਨ ਤੋਂ ਕਿਤੇ ਗਏ ਸੀ ਰੱਖੜੀ ਵਾਲੇ ਰੱਖੜੀ ਕਰਕੇ ਤਿਆਰ ਕਰਕੇ ਤੇ ਜਦੋਂ ਉਹਨਾਂ ਨੂੰ ਕੱਲ ਉਹਨਾਂ ਦੇ ਨੌਕਰ ਨੇ ਵੇਖਿਆ ਕਿ ਤਾਲੇ ਟੁੱਟੇ ਸੀ ਤੇ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਅੱਜ ਸਾਨੂੰ 8 ਵਜੇ ਰਿਪੋਰਟ ਕੀਤੀ ਹੈ ਅਜੇ ਉਹ ਵੇਖ ਰਿਹਾ ਕੀ ਸਮਾਨ ਚੋਰੀ ਹੋਇਆ ਉਹਨਾਂ ਨੇ ਅਜੇ ਇਹਨੂੰ ਪੂਰਾ ਐਕੂਰੇਟ ਨਹੀਂ ਦੱਸਿਆ ਜਦੋਂ ਕੋਈ ਉਹ ਪੂਰਾ ਐਕੂਰੇਟ ਦੱਸਦੇ ਫਿਰ ਜੋ ਵੀ ਧਾਰਾ ਦੇ ਤਹਿਤ ਖਰਚਾ ਦਿੱਤਾ ਜਾਊ ਲੱਖਾਂ ਚ ਤੇ ਕਰੋੜਾਂ ਚ ਅਸੀਂ ਕੁਛ ਕਹਿ ਨਹੀਂ ਸਕਦੇ ਅਜੇ ਜਦੋਂ ਕੈਲਕੂਲੇਟ ਕਰ ਦੇਣਗੇ ਐਫ ਆਈ ਆਰ ਦੇ ਜੋ ਵੀ ਹਾਲਾਤ ਦੱਸਣਗੇ ਤੁਹਾਨੂੰ ਜਾਣਗੇ